ਵੀ ਸਾਡਾ ਸੈਲਰ ਮਾਲਕਾਂ ਨਾਲ ਸਮਝੌਤਾ ਹੋ ਰਿਹਾ ਕੱਲ ਕੇਂਦਰ ਦਾ, ਪਰ ਐ ਨਹੀਂ ਹੈ। ਜੋ ਕੱਲ ਅਸੀਂ ਪੋਰਟਲ ਤੋਂ ਡਾਊਨਲੋਡ ਕਰਕੇ ਦੇਖਿਆ, ਟੋਟਲ ਸੈਲਰ ਜਿਹੜੇ ਉੱਤੇ ਆ ਰਹੇ 4800 ਆ, ਉਹਦੇ ਵਿੱਚੋਂ ਐਗਰੀਮੈਂਟ ਜਿਹੜਾ ਕੱਲਾ 1600 ਦਾ ਹੋਇਆ ਵਾ, ਇਸ ਵੇਲੇ ਐਲੋਕੇਸ਼ਨ ਜਿਹੜੀ ਆ ਉਹ 2400 ਦੀ ਆ। ਹੁਣ ਤੁਸੀਂ ਦੇਖ ਲਓ ਵੀ ਇਹ ਕ੍ਰਾਈਸਿਸ ਜਿਉਂ ਦਾ ਕਿਉਂ ਖੜਾ। ਉਹ ਵੀ ਸੈਲਰ ਮਾਲਕ ਸੈਲਰ ਐਸੋਸੀਏਸ਼ਨ ਦੇ ਬੰਦੇ ਕਹਿ ਰਹੇ ਆ ਵੀ ਸਾਡੇ ਕੁਛ ਭਰਾਵਾਂ ਨੂੰ ਡਰਾ ਧਮਕਾ ਕੇ ਰਜਿਸਟ੍ਰੇਸ਼ਨ ਕਰਾਈ ਜਾ ਰਹੀ ਆ। ਔਰ ਕੱਲ੍ਹ ਜਿਹੜਾ ਖਰੀਦ ਪੋਰਟਲ ਆ ਜਿਹੜਾ ਉੱਤੇ ਅਸੀਂ ਦੇਖਿਆ ਕੁਝ ਉੱਤੇ ਨਵੇਂ ਚੀਜ਼ਾਂ ਦਿਖੀਆਂ। ਇੱਕ ਤਾਂ ਹੈਗਾ ਪੈਡੀਗ੍ਰੇਟ ਏ, ਪੈਡੀਗ੍ਰੇਟ ਉਹਦੇ ਵਿੱਚ ਏ 126 ਦਿੱਤਾ, ਪੈਡੀਗ੍ਰੇਟ ਏ ਹਾਈਬ੍ਰਿਡ। ਇਹ ਤਾਂ ਆ ਗਿਆ ਵੀ ਇਹਨਾਂ ਦੀ ਖਰੀਦ ਹੋਊ, ਪਰ ਭਾਅ ਬਾਰੇ ਕੋਈ ਨਿਸ਼ਚਿਤ ਨਹੀਂ। ਇਹ ਕੇਂਦਰ ਦੇ ਪੋਰਟਲ 'ਤੇ ਆ ਰਿਹਾ ਓਪਨ, ਜਿੱਥੇ ਰੌਲਾ ਪੈ ਰਿਹਾ। ਇਸ ਕਰਕੇ ਜਿਹੜੇ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਦੇ ਦਾਅਵੇ ਆ ਜਾਂ ਉਹਨਾਂ ਦੇ ਜਿਹੜੇ ਬੁਲਾਰੇ ਨੇ ਬਾਈਟਾਂ ਕਰਕੇ ਜਾਂ ਉਹਨਾਂ ਦੇ ਮੰਤਰੀ ਜੋ ਕੁਝ ਬੋਲ ਰਹੇ ਨੇ, ਜਿਹੜੀ ਉਹਨਾਂ ਦੀ ਗਰਾਊਂਡ 'ਤੇ ਸੱਚਾਈ ਨਹੀਂ ਹੈ। ਸਾਰੇ ਪੰਜਾਬ ਦੇ ਵਿੱਚ ਕਿਤੇ ਅਸੀਂ ਪੁੱਛ ਰਹੇ ਹਾਂ 6 ਤੋੜਿਆਂ ਦਾ ਕੱਟ ਆ, ਕਿਤੇ 8 ਤੋੜਿਆਂ ਦਾ ਕੱਟ ਆ, ਕਿਤੇ 200 ਦਾ, ਕਿਤੇ 300 ਦਾ, ਕਿਤੇ ਕਿਲੋਆਂ 'ਚ ਵੀ ਕੱਟ ਹੈਗਾ। ਅਤੇ ਸਾਰੇ ਪੰਜਾਬ 'ਚ ਬਗੈਰ ਕੱਟ ਲਾਏ ਕੋਈ ਵੀ ਝੋਨਾ ਵਿਕ ਨਹੀਂ ਰਿਹਾ। ਕੱਲ੍ਹ ਸਾਡੇ ਨਾਲ ਬਟਾਲੇ ਦੇ ਵਿੱਚ ਗੁਰਦਾਸਪੁਰ ਦੇ DC ਅਤੇ DIG ਬਾਰਡਰ ਜ਼ੋਨ ਅਤੇ SSP ਬਟਾਲਾ ਸੀਗੇ, ਉਹਨਾਂ ਦੇ ਜਿਹੜੇ ਅਫਸਰ ਸਾਹਿਬਾਨ ਨੇ ਜਿਹੜੇ ਮੰਡੀ ਬੋਰਡ ਦੇ, ਉਹ ਕੁਛ ਹੋਰ ਦੇ ਰਹੇ। ਅਸੀਂ ਗਰਾਊਂਡ 'ਤੇ ਲੈ ਗਏ, ਇੱਕ ਆੜ੍ਹਤੀਏ ਕੋਲ ਚਲੇ ਗਏ, ਉਹਨੂੰ ਪੁੱਛਿਆ ਗਿਆ ਵੀ ਤੁਸੀਂ ਕੋਈ ਕਾਗਜ਼ਾਂ 'ਚ ਢੇਰੀ ਪਾਈ ਆ? ਕੋਈ ਕਾਗਜ਼ਾਂ 'ਚ ਢੇਰੀ ਨਹੀਂ ਲੱਗੀ। ਉਹਨੇ ਸਪਸ਼ਟ DC ਦੇ ਸਾਹਮਣੇ ਕਿਹਾ ਵੀ ਸਾਨੂੰ ਸੈਲਰਾਂ ਵਾਲੇ ਕੱਟ ਲਾ ਰਹੇ ਆ ਅਤੇ ਅਸੀਂ ਗੱਟ ਗਾਂ ਕਿਸਾਨ ਨੂੰ ਲਾਉਣਾ। ਮੌਜੂਦ ਸੀਗਾ DC ਉਸ ਵੇਲੇ, ਠੀਕ ਹੈ ਜੀ। ਇਹਦਾ ਮਤਲਬ ਵੀ ਕ੍ਰਾਈਸਿਸ ਬਹੁਤ ਵੱਡਾ ਵਾ। ਮੇਰੀ ਬੇਨਤੀ ਇੱਕ, ਜੇ ਦੇਖੋ ਕਈ ਵਾਰੀ ਚੀਜ਼ਾਂ ਨੂੰ ਸਮਝਣ 'ਚ ਫਰਕ ਲੱਗਦਾ, ਕਈ ਵਾਰੀ ਹੁੰਦਾ ਨਾ ਹਰ ਤਬਕੇ ਦੀਆਂ ਸਮੱਸਿਆ ਹੋ ਸਕਦੀਆਂ, ਪਰ ਕਿਸਾਨੀ ਮਜ਼ਦੂਰ ਜਿਹੜੇ ਸੰਕਟ ਫਸ ਗਿਆ, ਉਹ ਸੰਕਟ ਬਹੁਤ ਗਹਿਰਾ ਵਾ। ਸਾਡਾ ਸਾਰਾ ਕੁਝ ਹੀ 6 ਮਹੀਨਿਆਂ ਬਾਅਦ ਫਸਲ 'ਤੇ ਨਿਰਭਰ ਹੁੰਦਾ। ਅਸੀਂ ਕਰਜ਼ੇ ਕਰਕੇ ਪਹਿਲਾਂ ਖੁਦਕੁਸ਼ੀਆਂ ਕਰ ਰਹੇ ਹਾਂ, ਅਸੀਂ ਫਾਹੇ ਲੈ ਰਹੇ ਹਾਂ, ਸਾਡੇ ਸਿਰਾਂ 'ਤੇ ਕਰਜ਼ਾ ਇੰਨਾ ਵਾ ਵੀ ਇਹ ਲੱਥਣਾ ਵੀ ਨਹੀਂ ਹੈਗਾ। ਔਰ ਇਹ ਦੁਨੀਆ ਦੇ ਸਾਰੇ ਮਾਹਰ, ਭਾਰਤ ਦੇ ਮਾਹਰ ਮੰਨ ਰਹੇ ਆ ਵੀ ਖੇਤੀ ਸੰਕਟ ਬਹੁਤ ਗਹਿਰਾ ਪਹਿਲਾਂ ਵਾ। ਹੁਣ 6 ਮਹੀਨਿਆਂ ਦੀ ਪੁੱਤਾਂ ਵਾਂਗ ਪਾਲੀ ਫਸਲ ਜੇ ਮੰਡੀ 'ਚ ਖਰੀਦੀ ਨਹੀਂ ਜਾਂਦੀ ਤਾਂ ਸੰਕਟ ਬਹੁਤ ਵੱਡਾ ਹੋਣਾ ਵਾ, ਇਹ ਛੋਟਾ ਨਹੀਂ ਹੋਣਾ। ਇਸ ਕਰਕੇ ਅਸੀਂ ਫੈਸਲਾ ਕੀਤਾ ਆਗੂਆਂ ਨੇ ਵੀ ਇਹਦੇ 'ਤੇ ਆਰ ਪਾਰ ਦੀ ਲੜਾਈ ਲੜੀ ਜਾਊਗੀ। ਦੁੱਖ ਸਾਨੂੰ ਇਸ ਗੱਲ ਦਾ ਵੀ ਕੇਂਦਰ ਦੀ ਮੋਦੀ ਸਰਕਾਰ ਤਾਂ ਸਾਨੂੰ ਮਾਰਨਾ ਹੀ ਚਾਹੁੰਦੀ ਆ, ਇਹ 'ਚ ਕੋਈ ਰੌਲਾ ਨਹੀਂ। ਪਰ ਜਿਨ੍ਹਾਂ ਨੂੰ ਪੰਜਾਬੀਆਂ ਨੇ 92 MLA ਜਿਤਾ ਕੇ ਦਿੱਤੇ, ਪੰਜਾਬੀਆਂ ਨੇ ਮੈਨੂੰ ਲੱਗਦਾ ਗਲਤੀ ਕਰ ਲਈ। ਅੱਜ ਉਹ ਮੋਦੀ ਸਰਕਾਰ ਨਾਲ ਰਲ ਕੇ ਪੂਰੀ ਪੰਜਾਬ ਦੀ ਕਿਸਾਨਾਂ ਮਜ਼ਦੂਰਾਂ ਨੂੰ ਮਾਰਨ 'ਤੇ ਤੁਲੇ ਹੋਏ ਆ। ਹਰ ਗੱਲ 'ਤੇ ਕੇਜਰੀਵਾਲ ਸਾਹਿਬ ਦਾ ਟਵੀਟ ਆਉਂਦਾ ਵਾ, ਹਰ ਗੱਲ 'ਤੇ ਉਹ ਬੋਲਦੇ ਆ। ਔਰ ਜ਼ਿਆਦਾ ਫਿਕਰ ਉਹਨਾਂ ਨੂੰ ਦਿੱਲੀ ਤੋਂ ਉਹਨਾਂ ਦੇ ਪਾਰਟੀ ਦੇ ਨੁਮਾਇੰਦੇ ਆਏ ਹੋਏ ਚੰਡੀਗੜ੍ਹ ਦੇ ਵਿੱਚ ਵੀ ਟਿਕਟਾਂ ਕਿਹਨੂੰ ਦੇਣੀਆਂ, ਬਾਈ ਇਲੈਕਸ਼ਨ ਕਿੰਨੇ ਜਿੱਤਣੀਆਂ। ਪੰਜਾਬ ਉੱਜੜ ਚੱਲਿਆ, ਪੰਜਾਬ ਦਾ ਬਹੁਤ ਵੱਡਾ ਕ੍ਰਾਈਸਿਸ ਆ, ਪੰਜਾਬ ਦੀ ਕਿਸਾਨੀ ਮਰ ਰਹੀ ਆ, ਕਿਸਾਨੀ ਸਿਰ 'ਤੇ ਪੰਜਾਬ ਦਾ ਅਰਥਚਾਰਾ ਵਾ। ਨਾ ਕੇਜਰੀਵਾਲ ਸਾਹਿਬ ਬੋਲੇ, ਨਾ ਕੋਈ ਵੱਡਾ ਲੀਡਰ ਬੋਲ ਰਿਹਾ। ਕੀ ਅਸੀਂ ਕਹਿੰਦੇ ਹਾਂ ਵੀ ਰਲ ਗਏ ਜੇ ਤੁਸੀਂ ਭਾਜਪਾ ਦੇ ਨਾਲ? ਕੀ ਸੈਂਟਰ ਨਾਲ ਜੋਟੀ ਪੈ ਗਈ ਹਰ ਕੰਮ 'ਤੇ? ਜਦੋਂ ਕੇਜਰੀਵਾਲ ਫੜੇ ਜਾਂਦੇ, 92 MLA ਜਾਂਦੇ ਦਿੱਲੀ, ਮਾਰਚ ਕਰਦੇ, ਧਰਨਾ ਲਾਉਂਦੇ, ਬੜਾ ਕੁਛ ਹੁੰਦਾ। ਕੀ ਹੁਣ 92 MLA ਜਾਂ ਕੇਜਰੀਵਾਲ ਸਾਹਿਬ ਦਿੱਲੀ 'ਚ ਮਾਰਚ ਨਹੀਂ ਕਰ ਸਕਦੇ? ਕੀ PMO ਦੇ ਹਾਊਸ ਗਾਰਡ ਹੀ ਨਹੀਂ ਬਹਿਆ ਜਾ ਸਕਦਾ? ਇੱਕ ਸ਼ਬਦ ਤੱਕ ਨਹੀਂ। ਸਾਨੂੰ ਲੱਗਦਾ ਅਸੀਂ ਗੁਨਾਹਾਂ ਕੀਤਾ, ਸਾਨੂੰ ਤਾਂ ਪਾਰਟੀਆਂ ਬਾਰੇ, ਸਾਰੀਆਂ ਪਾਰਟੀਆਂ ਬਾਰੇ ਗਿਆਨ ਆ ਵੀ ਕੋਈ ਪਾਰਟੀ ਪੰਜਾਬ ਦੀ ਰਾਖੀ ਨਹੀਂ ਹੈਗੀ, ਪਰ ਇੰਨਾ ਕਮਜ਼ੋਰ ਮੁੱਖ ਮੰਤਰੀ ਅਸੀਂ ਨਹੀਂ ਦਿਆ। ਸੋ ਅੱਜ ਅਸੀਂ ਤੁਹਾਡੇ ਮਾਧਿਅਮ ਨਾਲ, ਇੱਕ ਤਾਂ ਝੋਨੇ ਦੀ ਖਰੀਦ, ਦੂਜਾ DAP ਦਾ ਬਹੁਤ ਵੱਡਾ ਸੰਕਟ ਆ ਸਾਡੇ ਸਾਹਮਣੇ, ਤੀਸਰਾ ਪਰਾਲੀ ਵਾਲੇ ਮਸਲੇ 'ਤੇ, ਜਿਵੇਂ ਰੈੱਡ ਇੰਟਰੀਆਂ ਹੋ ਰਹੀਆਂ, ਜਿਵੇਂ ਜੁਰਮਾਨੇ ਹੋ ਰਹੇ ਆ, ਔਰ ਜਿਵੇਂ ਜਿਹੜਾ ਵਾ ਉਹ ਪਰਚੇ ਕੀਤੇ ਜਾ ਰਹੇ ਆ, ਇਹਦਾ ਵੀ ਵਿਰੋਧ ਕਰ ਲਈ। ਇਹ ਤਿੰਨਾਂ 'ਤੇ ਫੈਸਲਾ ਕੀਤਾ ਵੀ 26 ਨੂੰ ਮਾਝਾ, ਮਾਲਵਾ, ਦੁਆਬਾ ਦੋ ਮੋਰਚੇ ਪਹਿਲਾਂ ਚੱਲ ਰਹੇ ਆ। ਤੁਹਾਨੂੰ ਪਤਾ ਫਗਵਾੜੇ ਵਾਲਾ ਮੋਰਚਾ ਚੱਲ ਰਿਹਾ, ਔਰ ਇਹਦੇ ਕੋਲ ਬਟਾਲਾ ਚੱਲ ਰਿਹਾ, ਔਰ ਮਾਲਵੇ ਦੇ ਵਿੱਚ ਦੋ ਮੋਰਚੇ ਹੋਰ ਖੋਲ੍ਹਾਂਗੇ।
अनमिथे समय लई मसलियां दा हल कराउण लई सड़की पईआ जाम होऊगा। और असी अज फिर कहना चाहुंदे आ भी समा असी एक दिन होर वधाया इहनू भी लोकां नू खज्जल खराबी ना होवे, लोकां नू समस्या ना होवे। इस करके समा रहिंदे आ जे भगवंत मान जी सच्चे आ, असी फिर तुहाडे माध्यम नाल भगवंत मान जी तां वैसे कठपुतली मुख्यमंत्री आ, जड़े सुपर सीएम दिल्ली च बैठे ने केजरीवाल साहब, असी थोड़े माध्यम नाल उन्हां नू कहना चाहुंदे आ पंजाब दा कोई दुख दर्द हैगा कोई हैगा ते पंजाब दे मसले विच पै के इहनू नबेड़ा करो। और सानू मोदी साहब कोलों तां कोई आस नहीं है, ना मोदी सरकार को कोई, असी आस कर रहे हां भी इह पंजाब दे संकट दा हल करनगे। उह तां क्योंकि अंदोलनकारी धरती आ पंजाब दी, असी अंदोलन लड़िया, असी सिर नहीं झुकाया उन्हां गाड़ी ते गांव नहीं झुकाउणा, वह नहीं बर्दाश्त करके बदले की भावना ना पंजाब विच बहुत बड़ा संकट पैदा किया गया वा। ये होया नहीं, किया गया वा। और ये संघर्ष ही लिया और उदों तक संघर्ष करांगे जदों तक मसलियां का हल नहीं हो जाता। दूसरी बेनती मेरी, बहुत बारी मीडिया के सवाल आते, सवाल उन्होंने करन दा हक आ भी ये तुसी तां थोड़ा मसला वा, बहुत सारे वर्गों के मसले आ, कहिंदे भी सड़कां जाम करके आम जनता नूं खज्जल खराबी हुंदी आ, किसान टोल प्लाजियां ते भी बैठे आ, किसान हाकमां दे घरां गाड़ी भी बैठे आ, मैनूं नहीं लगता उहदे सिर ते कोई जूं सरक रही हैगी आ। साडी समस्या वर्गी समस्या किसे वर्ग की नहीं हैगी, मैं स्पष्ट करदा, जदों किसे दी अंदरां नूं हथ पाओगे वह बर्दाश्त नहीं करता हुंदा। असी किसान मजदूर पंजाब दे विच्चों मरन तो पहलो अंतम लड़ाई लड़ना चाहुंदे आर पार की, केंद्र ते पंजाब नाल, जो मर्जी हरजाना भुगतना पवे, जां तां पंजाब दी खेती मंडी बचावांगे, पंजाब दा झोना बचावांगे, जां सरकार दीआं बरूदियां चलणगीआं साडे ते। असी स्पष्ट कर देना चाहुंदे अज दी पीसी दे विच, समय रहिंदिआं सरकार नबेड़े, कल दा एक्शन भी किसानां दा वा, 26 दा एक्शन भी किसानां दा वा, चंगी होवे सरकार चाहे केंद्र चाहे केजरीवाल साहब, वह विच पै के मसले नूं हल कराउण। सानू दोवां धिरां नूं इह अंदोलन सड़कां ते ना करना पिया, इहदों गांह तिखा अंदोलन करांगे, तिखे तो तिखा अंदोलन होगा। ये असी अज दी पीसी विच कहना सीगा। बैरू साहब आए ने दोवां फोरमां वल्लों, बजुर्ग लीडर ने साडे, हुण उह गल करनगे थोड़े नाल। हाँ, चक्का जाम एक तो नैशनल हाईवे ने पंजाब दे, एक तो फगवाड़ा वा मेन पॉइंट हो 26 और टाइम होगा 1 बजे तो बाद दा, ठीक है जी, पक्का फगवाड़ा, हाँ वो उन्हूं पक्का जाम करांगे। हजे रिलीफ दित्ती हुई असी सैडां ते, सर्विस रोडां खोलियां हुई भी लोगों नूं तंगी ना आवे, वो नहीं खुलियां रहणगियां 26 नूं। दूसरा बटाला, तीसरा मोगा, मगरू दा डगरू, तीसरा संगरूर, बड़बड़ बड़ू बड़बड़ कलां, ये चार थावां ते असी पॉइंट चुन के ये भी क्यों घट किए आ, हजे सरकार के मुँह वल देख रहे हैं। असी सारा पंजाब जाम कर सकते भी सरकार कर की रही है, तो ये चार असी पक्के अनमिथे समय लिए बंद करांगे। देखो 3 इशू आ, झोने की खरीद, दूसरा DAP खाद, तीसरा पराली का इशू। बस मैं एक ही टिप्पणी करूँगा भी जो हम हालात ने ऐ लगता देश की न्यायपालिका पराली से जो कुछ बोलिया उन्होंने, ठीक है, देश की अफसरसाई, देश की पोलिटिकल क्लास, और सारे जिमें कहते ना भी किसान मजदूर का पत्ता पत्ता वैरी आ, और जिमें नोटी दिया कि जिमें वोटियां नोची दिया ना, ए नोच रहे सानू जो सानू लग रहा, तो इस करके असी मजबूर होकर अज तिखा ऐलान कर रहे हैं। हाँ जी बैरू साहब, निपटारे तक पीसी एक बार हो जाए फिर सवाल लो। बहुत मीडिया तो खेवा मांगता, मैं खंडौरी जिहड़ा साडा बार्डर ते लंबे समय 8 महीने तो चल रहा है चंबू, उत्थे सुबह मीटिंग सी, कल फिरोजपुर सी, उत्थे मरदवर ते साडा एक किसान बैठा सी, बड़े रजेवियां दे विचों तुहानूं भी टाइम वार वार जथेबंदियां दे रही ने, तुसीं आ रहे हो, धन्नवाद। वैसे सारिया गल्लां इन्हां नूं करदी, मैं बजुर्ग बंदा, मैं 2-3 गल्लां करदियां चाहना वा। हर साल जदों मंडी ता प्रबंध सूबा सरकार करती है, बारदारा किन्ना चाहिए है,
ਗਦਾਮਾਂ ਦਾ ਕੀ ਪ੍ਰਬੰਧ ਹੋਣਾ ਚਾਹੀਦਾ ਹੈ। 100% ਪੰਜਾਬ ਸਰਕਾਰ ਫੇਲ ਹੋਈ ਹੈ। ਕਿਉਂ ਫੇਲ ਹੋਈ ਹੈ? ਗਦਾਮ ਚੌਲਾਂ ਦੇ ਭਰੇ ਨੇ, ਗਦਾਮ ਕਣਕ ਦੇ ਭਰੇ ਨੇ ਔਰ ਕੋਈ ਵੀ ਸਿਵਲ ਸਪਲਾਈ ਮੰਤਰੀ ਮਾਲਾ ਨਹੀਂ ਟੱਪਿਆ। ਮੁੱਖ ਮੰਤਰੀ ਇੱਕ ਗਿੱਦੜ ਪਰਵਾਨਾ ਲਿਖ ਕੇ ਮੈਂ ਸੈਂਟਰ ਨੂੰ ਲਿਖਤਾ ਔਰ ਖਾਦ ਡੀ ਏ ਪੀ ਜਿਹੜੀ ਗੱਲ ਹੈ, ਬੜਾ ਕਣਕ ਅਸਾਂ ਬੀਜਣੀ ਹੈ, ਡੀ ਏ ਪੀ 5.25 ਲੱਖ ਮੀਟ੍ਰਿਕ ਟਨ ਸਾਨੂੰ ਚਾਹੀਦੀ, ਆਈ ਹੈ 1.25 ਲੱਖ ਮੀਟ੍ਰਿਕ ਟਨ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿਵੇਂ ਆਵੇਗੀ। ਚੌਲ ਜਾ ਨਹੀਂ ਰਿਹਾ, ਡੀ ਏ ਪੀ ਆ ਨਹੀਂ ਰਹੀ ਔਰ ਡੀ ਏ ਪੀ ਦਾ ਸਭ ਤੋਂ ਨਲਾਇਕੀ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੀ ਹੋਈ, ਜਿੱਥੋਂ ਅਸੀਂ ਡੀ ਏ ਪੀ ਖਰੀਦਦੇ ਹਾਂ ਹਰ ਸਾਲ, ਭਾਰਤ ਸਰਕਾਰ ਨੂੰ ਡੀ ਏ ਪੀ ਪੂਰੀ ਨਹੀਂ ਹੈਗੀ, 80% ਬਾਹਰੋਂ ਲਿਆਉਂਦੇ ਹਾਂ। ਡਿਮਾਂਡ ਹੀ ਨਹੀਂ ਸਵਾ ਸਿਰ ਭੇਜੀ, ਸਾਡੀ ਜਾਣਕਾਰੀ ਮੁਤਾਬਕ ਡਿਮਾਂਡ ਪੂਰੀ ਨਹੀਂ ਹੋ ਰਹੀ। ਉਹ ਨਲਾਇਕੀ ਭਾਰਤ ਸਰਕਾਰ ਦੀ, ਸੂਬਾ ਸਰਕਾਰ ਦੀ, ਉਹਦਾ ਖਮਿਆਜ਼ਾ ਵੀ ਕਿਸਾਨ ਭੁਗਤਣਗੇ ਜੇ ਮੰਡੀਆਂ ਤੋਂ ਜੀਰੀ ਵਿਕਵਾ ਲਈ। ਕਿਸਾਨ ਹੁਣ ਸਾਨੂੰ ਪੁੱਛਦੇ ਨੇ, ਤੁਸੀਂ ਕਹਿੰਦੇ ਹੋ ਕਰਜ਼ੇ ਤੋਂ ਮੁਕਤ ਕਰਾਉਣਾ, ਤੁਸੀਂ ਕਹਿੰਦੇ ਹੋ ਵੀ MSC ਦੀ ਗਰੰਟੀ ਲੈ ਕੇ ਦੇਣਾ ਹੈ, ਉਹ ਤੁਸੀਂ ਘੱਟੋ ਘੱਟ ਜਿਹੜਾ ਖੇਤਾਂ ਵਿੱਚ ਕਿਸਾਨ ਰੋਲ ਰਿਹਾ ਹੈ, ਅੱਜ ਮਰ ਰਿਹਾ, ਮੰਡੀਆਂ ਵਿੱਚ ਤੜਫ ਰਿਹਾ ਹੈ, ਉਹ ਬੋਰੀਆਂ 'ਚ ਤਾਂ ਪਵਾ ਦਿਓ। ਸਾਡੀ ਮਜਬੂਰੀ ਬਣ ਗਈ, ਸਾਡੀ ਪੱਕੇ ਮੋਰਚੇ ਲਾਉਣਾ ਮਜਬੂਰੀ ਬਣ ਗਈ ਵੀ ਜਥੇਬੰਦੀਆਂ ਆਉਂਦੀਆਂ ਨੇ, ਮੁੱਖ ਮੰਤਰੀ ਲਾਰਾ ਲਾ ਕੇ ਤੋੜ ਦਿੰਦਾ ਹੈ, ਅਸੀਂ ਲਾਰਿਆਂ ਤੋਂ ਅੱਕ ਚੁੱਕੇ ਹਾਂ, ਅਸੀਂ ਹੁਣ ਮੈਦਾਨ ਵਿੱਚ ਜਾ ਰਹੇ ਹਾਂ। ਸਾਡੇ ਕੋਲ ਕੋਈ ਚਾਰਾ ਨਹੀਂ, ਜਨਤਾ ਨੂੰ ਅਸੀਂ ਖਰਾਬ ਨਹੀਂ ਕਰਨਾ ਚਾਹੁੰਦੇ, ਨਾ ਹੁੰਦਿਆਂ ਵੀ ਅਸੀਂ ਇਹ ਜਿਹੜੇ 4 ਪੁਆਇੰਟ ਰੱਖੇ ਨੇ, ਪਰਾਲੀ ਦਾ ਮਸਲਾ ਮੈਂ ਜਾਣਕਾਰੀ ਦੇਣਾ ਚਾਹੁੰਦਾ ਵਾਂ। ਉਹ ਕਹਿੰਦੇ ਨੇ ਅਸੀਂ ਮਸ਼ੀਨਰੀ ਦਾ ਪ੍ਰਬੰਧ ਕਰਾ ਤਾ, 25% ਪ੍ਰਬੰਧ ਹੋਇਆ, ਅਸੀਂ ਮੰਨਦੇ 25%, ਹੁਣ 75% ਦਾ ਪ੍ਰਬੰਧ ਹੀ ਪੰਜਾਬ ਸਰਕਾਰ ਦੇ ਮਸ਼ੀਨਰੀ ਨਹੀਂ ਦੇ ਸਕੇ, ਛੋਟਾ ਕਿਸਾਨ ਕੀ ਕਰੂਗਾ? ਕਣਕ ਦੀ ਬਿਜਾਈ ਆ ਗਈ, DAP ਮਿਲਦਾ ਨਹੀਂ, ਉਹਦੀ ਮਜਬੂਰੀ ਬਸ ਉਹ ਕਣਕ ਦੀ ਬਿਜਾਈ ਵਾਸਤੇ ਰੌਣੀ ਕਰੇਗਾ, ਅੱਗ ਲਾਏਗਾ। ਅਸੀਂ ਪਰਚੇ ਜਿਹੜੇ ਹੋਏ ਨੇ ਸਹਿਣ ਨਹੀਂ ਕਰਾਂਗੇ, ਸਾਨੂੰ ਕੁਛ ਵੀ ਕਰਨਾ ਪਏ ਪਰਚੇ ਵਾਪਸ ਕਰਵਾਵਾਂਗੇ। ਅੱਗ ਕੋਸ਼ਿਸ਼ ਕਰ ਰਹੇ ਘੱਟ ਲੱਗੇ, ਸਾਡੇ ਗਿਆਨ ਅਸੀਂ ਵੀ ਵੱਟ ਰਹੇ ਨਹੀਂ ਵੀ ਸਰਕਾਰ ਦੇ ਜ਼ਿੰਮੇ, ਯੂਨੀਵਰਸਿਟੀ ਦੀ, ਅਸੀਂ ਵੀ ਕਹਿੰਦੇ ਹਾਂ ਵੀ ਵਾਤਾਵਰਨ ਸਾਡਾ ਖਰਾਬ ਹੁੰਦਾ, ਆਪਣੇ ਜ਼ਮੀਨ ਦੀ ਸ਼ਕਤੀ ਸਾਡੀ ਕਰਦੀ, ਪਰ ਸਾਡੀਆਂ ਮਜਬੂਰੀਆਂ ਨੇ, ਉਹ ਜਿਹੜੀਆਂ ਮਜਬੂਰੀਆਂ ਦੇ ਵਿੱਚੋਂ ਜੇ ਸਰਕਾਰ ਸਾਨੂੰ ਦਬਾ ਕੇ ਰੱਖੇਗੀ, ਅਸੀਂ ਤੱਪਣ ਵਾਲੇ ਨਹੀਂ ਹੈਗੇ। ਆਰ ਪਾਰ ਦੇ ਰਾਜ ਸਾਡੇ ਲੀਡਰ ਨੇ ਕਹਿ ਦਿੱਤਾ, ਮੈਂ ਬਜ਼ੁਰਗ ਦੇ ਤੌਰ 'ਤੇ ਤੁਹਾਨੂੰ ਸਨਿਮਰ ਬੇਨਤੀ ਕਰਦਾ, ਮੇਰੀ 84 ਸਾਲ ਦੀ ਉਮਰ ਹੈ, ਮੈਂ ਸੀਜ਼ਨ ਮੰਡੀ ਵਿੱਚ ਆਉਂਦੇ ਵੇਖੇ, ਸਾਹਮਣੀਆਂ ਸਰਕਾਰਾਂ ਵੇਖੀਆਂ, ਥੋੜ੍ਹੀਆਂ ਵਾਲੀਆਂ ਮੁਸ਼ਕਿਲਾਂ ਵੀ ਅਸੀਂ ਹਟਾਈਆਂ, ਪਰ ਇਸ ਵਾਰ ਜਿਹੜੀ ਵੱਡੀ ਮੁਸ਼ਕਿਲ ਆਈ ਪੰਜਾਬ ਸਰਕਾਰ ਦੀ ਨਲਾਇਕੀ, ਪੰਜਾਬ ਸਰਕਾਰ ਦਾ ਸਿਵਲ ਸਪਲਾਈ ਦਾ ਮੰਤਰੀ ਟਾਈਮ ਸਿਰ ਸਾਡਾ ਕੇਸ ਨਹੀਂ ਰੱਖ ਸਕਿਆ, ਜਿਹੜੇ ਕਿ ਅੱਜ ਉਹ ਸਾਨੂੰ ਉਹ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋ ਅਸੀਂ ਬੜਾ ਸੰਖੇਪ ਦੇ ਵਿੱਚ ਮੈਂ ਹਾਜ਼ਰੀ ਲਵਾਉਣਾ ਚਾਹੁੰਦਾ ਵਾਂ, ਸਾਡੀਆਂ ਮਜਬੂਰੀਆਂ ਬਣ ਗਈਆਂ, ਕਿਸਾਨ ਜਥੇਬੰਦੀਆਂ ਦੀਆਂ ਸਾਡੀਆਂ ਮਜਬੂਰੀਆਂ ਬਣ ਗਈਆਂ, ਪਟੇਲ ਸਾਹਿਬ ਦੀਆਂ ਸਾਰੇ ਲੀਡਰਾਂ ਦੀਆਂ ਮਜਬੂਰੀਆਂ ਵਿੱਚੋਂ ਸਾਰਾ ਅੰਦੋਲਨ ਹੁਣ ਦੁਬਾਰਾ ਮੰਡੀ ਵਿੱਚ ਜਾ ਰਿਹਾ। ਹਾਲੇ ਤਾਂ ਅਸੀਂ 4 ਪੁਆਇੰਟ ਛੁੜੇ ਨੇ, 4 ਪੁਆਇੰਟ ਨਹੀਂ ਰਹਿਣੇ, ਜੇ 1 ਹਫ਼ਤੇ ਦੇ ਵਿੱਚ ਵਿੱਚ ਵੀ ਕੋਈ ਨਾ ਕੋਈ ਇਹਦਾ ਸਰਲ ਪ੍ਰਬੰਧ ਨਾ ਹੋਇਆ, ਅੱਜ ਇਹ 4 ਪੁਆਇੰਟ ਦੇ ਪੰਜਾਬ ਸੀਲ ਹੋ ਜਾਏਗਾ, ਪੰਜਾਬ ਸੀਲ ਨਹੀਂ ਚੰਡੀਗੜ੍ਹ ਸੀਲ ਹੋ ਜਾਏਗਾ। ਮੁੱਖ ਮੰਤਰੀ ਜਾਂ ਤਾਂ ਦਿੱਲੀ ਜਾ ਕੇ ਟਾਈਮ ਕੱਢੂਗਾ, ਜਾਂ ਇੱਥੇ ਕਿਤੇ ਲੁੱਕ ਕੇ ਟਾਈਮ ਕੱਢੇਗਾ। ਜਨਤਾ ਇੰਨੀ ਗੁੱਸੇ ਵਿੱਚ, ਅਸੀਂ ਜਨਤਾ ਨੂੰ ਅਸੀਂ ਵੀ ਨਹੀਂ ਰੋਕ ਸਕਣਾ, ਰੋਕਾਂਗੇ, ਉੱਥੇ ਡਿਸਪਲਿਨ 'ਚ ਰੱਖਾਂਗੇ, ਪਰ ਜਦੋਂ ਜਨਤਾ ਦਾ ਸਾਰਾ ਹੀ ਪਾਰਾ ਉਤਾਂਹ ਚਲਾ ਜਾਏ, ਗਲਤੀਆਂ ਸਰਕਾਰ ਦੀਆਂ 100% ਨਿਕਲ, ਫਿਰ ਇਨਸਾਫ ਜਾਣਦੀ ਹੈ ਜਨਤਾ, ਇਨਸਾਫ ਲਵੇਗੀ। ਖੂਨ ਪਸੀਨੇ ਦੀ ਕਮਾਈ ਅੱਜ ਮੰਡੀਆਂ ਵਿੱਚ, ਖੇਤਾਂ ਵਿੱਚ ਰੁਲ ਰਹੀ ਹੈ, ਅਸੀਂ ਨਹੀਂ ਰੁਲ ਦਿਆਂਗੇ। ਅਸੀਂ ਫਿਰ ਅੱਜ ਜ਼ਬਰਦਸਤ ਪੰਜਾਬ ਦੇ ਮੁੱਖ ਮੰਤਰੀ ਨੂੰ ਸੁਚੇਤ ਕਰਦੇ ਹਾਂ ਔਰ ਪ੍ਰਧਾਨ ਮੰਤਰੀ ਨੂੰ ਸੁਚੇਤ ਕਰਦੇ ਹਾਂ, ਜਿਹੜੀਆਂ ਸਾਡੀਆਂ ਸ਼ਰਤਾਂ ਉਹ ਨਰਮ ਕਰ, ਜਿਹੜਾ ਸੁਪਰੀਮ ਕੋਰਟ ਸਾਨੂੰ ਦਾਬੇ ਮਾਰ ਰਹੇ, ਇਹਨਾਂ ਦੇ ਪਰਚੇ ਦਰਜ ਕਰੋ, ਪਰਚੇ ਜਿੰਨੇ ਮਰਜ਼ੀ ਕਰ ਲਓ, ਸਾਡੇ ਤਾਂ ਦੇਸ਼ ਧਰੋਹੀ ਦੇ ਪਰਚੇ ਹੋਏ ਨੇ, ਅਸੀਂ ਉਹ ਕੱਟਾਂਗੇ, ਕਿਸਾਨ ਵੀ ਕੱਟਣਗੇ, ਪਰ ਅਸੀਂ ਨਾ ਤਾਂ ਕਿਸਾਨ ਨੂੰ ਜੇਲ੍ਹ ਜਾਣ ਦੇਣਾ, ਨਾ ਅਸੀਂ ਖੱਜਲ ਖੁਆਰ ਹੋਣ ਦੇਣਾ। ਸੋ ਮੈਂ ਬਜ਼ੁਰਗ ਦੇ ਤੌਰ 'ਤੇ ਤੁਹਾਡਾ, ਜਿਹੜਾ ਮੈਂ ਲੇਟ ਹੋਇਆ 5-7 ਮਿੰਟ ਖਲੌਰੀ ਤੋਂ ਆ ਰਿਹਾ, ਮੈਂ ਫਤਿਹ ਬਰਾੜਾ ਬੁਲਾਓ, ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਫੂਲ ਸਾਹਿਬ ਬੋਲਣਗੇ ਜੀ, 2-3 ਮਿੰਟ। ਦੇਖੋ ਜੀ, ਇਹ ਜਿਹੜਾ ਸੰਕਟ ਹੈ ਜਿਹਦੀ ਪਹਿਲਾਂ ਆਪਣਾ ਭਦੇਰ ਸਾਹਿਬ ਨੇ ਵਿਆਖਿਆ ਕੀਤੀ ਹੈ, ਮੇਰਾ ਤਜਰਬਾ ਵੀ ਪਿਛਲੇ 25 ਸਾਲਾਂ ਦੇ ਵਿੱਚ ਅੱਜ ਤੋਂ 2.5 ਦਹਾਕੇ ਪਹਿਲਾਂ ਇਵੇਂ ਮੰਡੀਆਂ 'ਚ ਸੰਕਟ 'ਚ ਆਇਆ ਸੀ, ਜਦੋਂ
ਭੂਰੇ ਲਾਲ ਆਪਣੇ ਚੇਅਰਮੈਨ ਐਫਸੀਆਈ ਦੇ ਚੇਅਰਮੈਨ ਹੁੰਦੇ ਸੀਗੇ ਤੇ 25 ਰੁਪਏ ਚੱਲਦੇ ਸੀਜ਼ਨ ਦੇ ਵਿੱਚ ਉਹਨਾਂ ਨੇ ਕੱਟ ਲਏ ਸੀ। ਉਦੋਂ ਬੰਦ ਹੋ ਗਿਆ ਸੀਗੀਆਂ, ਬਹੁਤ ਰੁਲੇ ਸੀ ਕਿਸਾਨ। ਓਡਾ ਵੱਡਾ ਸੰਕਟ ਹੈ ਇਹ। ਹੁਣ 25 ਸਾਲਾਂ ਬਾਅਦ ਅਸੀਂ ਕਹਿੰਦੇ ਆ ਵੀ ਸਭ ਤੋਂ ਇਹ ਜਿਹੜਾ ਸੀਜ਼ਨ ਹੈ ਇਤਕਿਆਂ ਵਾਲਾ, ਪਿਛਲੇ 25 ਸਾਲਾਂ ਦੇ ਇਤਿਹਾਸ 'ਚ ਸਾਰਿਆਂ ਨੂੰ ਮਾੜਾ ਸੀਜ਼ਨ ਹੈ ਕਿਸਾਨਾਂ ਲਈ, ਝੋਨੇ ਦੀ ਫਸਲ ਦੀ ਬੇਕਦਰੀ ਲਈ। ਤੇ ਇਹਦੇ ਜਿਹੜੇ ਜ਼ਿੰਮੇਵਾਰ ਹੈ ਬਿਲਕੁਲ ਕਲੀਅਰ ਹੈ, ਪੰਜਾਬ ਸਰਕਾਰ, ਸੈਂਟਰ ਸਰਕਾਰ ਤੇ ਜਿਹੜੀ ਦੋਨਾਂ ਸੈਂਟਰ ਦੀ ਤੇ ਪੰਜਾਬ ਦੀ ਜਿਹੜੀ ਅਫਸਰਸ਼ਾਹੀ ਹੈ, ਜਿਹੜੇ ਪੰਜਾਬ ਨੂੰ ਮਾਰਨਾ ਚਾਹੁੰਦੇ ਆ, ਇਹ ਜ਼ਿੰਮੇਵਾਰ ਹੈ। ਇਸ ਕਰਕੇ ਕੋਈ ਕਿਸੇ ਇੱਕ ਵਰਗ ਜਾਂ ਦੋ ਵਰਗ ਨਾਲ ਨਹੀਂ ਜੁੜੀ ਹੋਈ ਵੀ ਆਹ ਛੋਟਾ ਜਿਹਾ ਵਰਗ ਕਰਕੇ ਨਹੀਂ ਹੋ ਰਿਹਾ, ਜੇ ਆੜ੍ਹਤੀਆਂ ਦੀ 2.5 ਰੁਪਏ ਮੰਗ ਲਏ ਉਹਦੇ ਕਰਕੇ ਨਹੀਂ ਹੋ ਰਿਹਾ। ਵੱਡੀਆਂ ਇਹਦੇ ਪਿੱਛੇ ਨੀਤੀਆਂ ਜੁੜੀਆਂ ਹੋਈਆਂ ਨੇ, ਪਾਲਸੀਆਂ ਜੁੜੀਆਂ ਹੋਈਆਂ ਨੇ। ਪੰਜਾਬ ਦੇ ਕਿਸਾਨ ਦਾ ਮੂੰਹ ਮੋੜਨਾ ਚਾਹੁੰਦੇ ਨੇ ਮੰਡੀਆਂ ਵਾਲੇ ਪਾਸਿਓਂ ਵੀ ਉਹ ਪ੍ਰਾਈਵੇਟ ਵਾਲੇ ਪਾਸੇ ਤੁਰ ਜਾਣ। ਇਸ 'ਚੋਂ ਹੈਗਾ ਵੀ ਇਹ ਕਿਸਾਨ ਲਈ ਕਰੋ ਜਾਂ ਮਰੋ ਦੀ ਲੜਾਈ ਹੈ। ਮੈਂ ਅੰਕੜਾ ਕੱਢਿਆ ਸੀ ਅੱਜ ਵੀ, ਜੇ 2-5 ਲੱਖ ਇਹ ਕਹਿੰਦੇ ਆ ਵੀ ਟਨ ਡੇਲੀ ਜੀਰੀ ਆਉਂਦੀ ਆ ਮੰਡੀਆਂ 'ਚ, ਜੇ 2 ਲੱਖ ਵੀ ਵਿਕਦੀ ਹੋਈ ਤਾਂ ਅਸੀਂ ਹਿਸਾਬ ਲਾਇਆ ਸੀਗਾ ਵੀ ਜਿਵੇਂ ਪਹਿਲਾਂ ਦੱਸਿਆ ਵੀ 6-7 ਇੱਕ ਗੱਟੂ ਮਗਰ ਕਿਲੋ ਅਤੇ ਦੂਜਾ ਜਾਂ 230 ਰੁਪਏ ਤੱਕਰ, ਜਿਹੜੇ 1000 ਤੋਂ ਉੱਪਰ ਪੈਸੇ ਹੈਗੇ ਨੇ, 2130 ਦਾ ਰੇਟ ਹੈ, ਉਹ ਕੱਟ ਕੇ ਜਿਹੜਾ ਉਹਨਾਂ ਦੀ ਫਿਰ 2320 ਆ, ਉੱਪਰਲੇ ਕੱਟ ਕੇ ਜਿਹੜੇ 2000 ਤੋਂ ਹੈ, ਫਿਰ ਹੁੰਦਾ ਹੁਣ ਤੱਕ ਜਿੰਨੀ ਹੋਈ ਹੈ। ਅਸੀਂ ਹਿਸਾਬ ਲਾਇਆ ਸੀਗਾ ਵੀ ਜੇ ਇਹਦਾ ਅੰਕੜਾ ਕੱਢਣਾ ਹੋਵੇ 200 ਦੇ ਹਿਸਾਬ ਨਾਲ ਵੀ 2 ਲੱਖ ਟਨ ਦਾ, ਤਾਂ ਰੋਜ਼ ਦੀ 50 ਕਰੋੜ ਰੁਪਏ ਦੀ ਕਿਸਾਨਾਂ ਦੀ ਜੇਬ 'ਚੋਂ ਨੰਗੀ ਚੁੱਟੀ ਲੁੱਟ ਹੈ। ਸੋ ਐਡੀ ਮਹਾਂ ਲੁੱਟ ਹੈ, ਜਦੋਂ ਕਿ ਕਿਸਾਨ ਸੰਕਟ 'ਚ ਹੈ, ਕਰਜ਼ੇ 'ਚ ਹੈ, ਖੁਦਕੁਸ਼ੀਆਂ ਕਰ ਰਿਹਾ, 44,000 ਕਰੋੜ ਦੀ ਝੋਨੇ ਰਾਹੀਂ ਇਕਾਨਮੀ 'ਚ ਹਿੱਸਾ ਪਾ ਰਿਹਾ ਪੰਜਾਬ, 44,000 ਕਰੋੜ ਜਿਹੜਾ 185 ਲੱਖ ਟਨ ਦਾ 44,000 ਕਰੋੜ ਰੁਪਈਆ ਬਣ ਜਾਂਦਾ। ਸੋ 44,000 ਕਰੋੜ ਆ ਜਿਹੜਾ ਉਹ ਕਿਸਾਨਾਂ ਕੋਲੇ ਨਾ ਆਵੇ, ਉਹ ਹੋਰਨਾਂ ਕੋਲੇ ਚਲਿਆ ਜਾਵੇ, ਇਹਦੀ ਖਾਤਰ ਇੱਕ ਸਾਜ਼ਿਸ਼ ਹੈ। ਸੋ ਇਹ ਜਿਹੜਾ ਅੰਦੋਲਨ 4 ਥਾਵਾਂ 'ਤੇ ਨਹੀਂ ਹੋਊਗਾ। ਬਿਲਕੁਲ ਅਸੀਂ ਕਹਿੰਦੇ ਹਾਂ ਵੀ ਜਿਵੇਂ ਬਰਗਾੜੀ ਕਾਂਡ ਵੇਲੇ ਸਾਰਾ ਪੰਜਾਬ ਬੰਦ ਹੋ ਗਿਆ ਸੀ, ਪਿੰਡਾਂ ਦੀਆਂ ਸੜਕਾਂ ਵੀ ਬੰਦ ਹੋ ਗਈਆਂ ਸੀ, ਇਹ ਆਉਣ ਵਾਲੇ ਦਿਨਾਂ 'ਚ ਆਈ ਹੋਣਗੀਆਂ। ਇਹ ਕਿਉਂ ਕਹਿੰਦੇ ਅਸੀਂ ਐਂ ਹੋਣਗੀਆਂ, ਜੋ ਆਹ ਮੰਤਰੀ ਨਾਲ ਹੁਣ ਪ੍ਰਹਲਾਦ ਜੋਸ਼ੀ ਨਾਲ ਮੀਟਿੰਗ ਕਰਕੇ ਆਏ ਆ ਸ਼ੈਲਰ ਐਸੋਸੀਏਸ਼ਨ ਦੇ ਜਿਹੜੇ ਆਗੂ ਹੈ, ਬਿਲਕੁਲ ਤੁਸੀਂ ਪੜ੍ਹ ਲਿਆ ਹੁਣ ਅੱਜ ਵਾਲੇ ਅਖਬਾਰਾਂ 'ਚ, ਟਾਲ ਤਾਂ ਸੈਂਟਰ ਨੇ ਵੀ ਅਸੀਂ ਟਰਾਇਲ ਟੀਮਾਂ ਭੇਜਾਂਗੇ, ਉਹ ਟਰਾਇਲ ਟੀਮਾਂ ਟੈਸਟ ਕਰਨਗੀਆਂ ਵੀ ਹਾਂ ਟੁੱਟ ਇੰਨੀ ਹੈਂਦੀ ਹੈ ਕਿ ਹੈ ਨਹੀਂ, ਜਾਂ ਇਹ ਜਿਹੜੀ 126 ਦਾ ਮਾਮਲਾ ਹੈਗਾ ਕਿ ਨਾ ਹੈਗਾ। ਟਰਾਇਲ ਟੀਮਾਂ ਹੁੰਦੀਆਂ ਨੇ 6 ਮਹੀਨੇ ਪਹਿਲਾਂ, 1 ਮਹੀਨਾ ਹੋ ਗਿਆ ਝੋਨਾ ਆਉਂਦੇ ਨੂੰ 1 ਤਰੀਕ ਤੋਂ ਆਉਣ ਲੱਗਿਆ, ਹੁਣ 20 ਤਰੀਕ ਨੂੰ ਟਰਾਇਲ ਟੀਮਾਂ ਕਹਿੰਦੇ ਆ, ਪਤਾ ਨਹੀਂ ਕਿੰਨਾ ਚਿਰ ਟਰਾਇਲ ਟੀਮਾਂ ਲਾਉਣਗੀਆਂ ਉਹਨਾਂ ਦੀਆਂ। ਸੋ ਬਿਲਕੁਲ ਸਾਫ਼ ਹੈ ਟਰਾਇਲ ਟੀਮਾਂ ਨਹੀਂ, ਰੋਲਣ ਦੀ ਖਾਤਰ ਟੀਮਾਂ ਆਉਣਗੀਆਂ। ਇਹ ਕਿਸਾਨ ਮਰਾਂਗੇ ਜਾਂ ਗੋਲੀ ਆਪਦੇ ਉੱਤੇ ਭਰਾਵਾਂਗੇ ਅਤੇ ਜਾਂ ਝੋਨਾ ਪਕਾਵਾਂਗੇ, ਇਸ ਇਰਾਦੇ ਨਾਲ ਅਸੀਂ ਬੈਠਾਂਗੇ 26 ਤਰੀਕ ਤੋਂ ਇੱਕ ਪਾਸਾ ਕਰਨ ਨਾਲ। ਅਸੀਂ ਪਹਿਲਾਂ ਵੀ ਬੈਠੇ ਸੀ 2 ਦਿਨ 2 ਘੰਟੇ ਰੇਲਾਂ 'ਤੇ, ਅਸੀਂ ਸਮਝਦੇ ਹੁਣ 2 ਘੰਟਿਆਂ ਨਾਲ ਅਸਰ ਨਹੀਂ ਪੈਣ ਵਾਲਾ, ਹੁਣ ਸਾਨੂੰ ਪੱਕੇ ਤੌਰ 'ਤੇ ਡੂ ਐਂਡ ਡਾਈ ਦੀ ਭਾਵਨਾ ਲੈ ਕੇ ਬੈਠਣਾ ਪਊਗਾ ਅਤੇ ਬੈਠਾਂਗੇ ਅਸੀਂ। ਦੋਨਾਂ ਮੋਰਚਿਆਂ ਵੱਲੋਂ ਐਲਾਨ ਹੈ ਜੀ। ਰਾਏ ਸਾਹਿਬ, ਸੈਲਰ ਮਾਲਕਾਂ ਨੇ ਮੀਟਿੰਗ, ਮੈਂ ਤਾਂ ਕਿਉਂਕਿ ਸਾਰਾ ਕੁਛ ਰੀਫ ਕਰ ਦਿੱਤਾ ਸਾਡੇ ਸੀਨੀਅਰ ਆਗੂਆਂ ਨੇ, ਮੈਂ ਤਾਂ ਬੇਨਤੀ ਕਰਾਂਗਾ ਕਿ ਦੋਵੇਂ ਸਰਕਾਰਾਂ, ਚਾਹੇ ਪੰਜਾਬ ਸਰਕਾਰ ਚਾਹੇ ਕੇਂਦਰ ਸਰਕਾਰ, ਇਹ ਪੋਲੀਟੀਕਲ ਗੇਮ ਖੇਡਣਾ ਬੰਦ ਕਰਨ। ਇਹ ਕੇਵਲ ਅਤੇ ਕੇਵਲ ਪੋਲੀਟੀਕਲ ਰੇਸ ਲੱਗੀ ਹੋਈ ਹੈ, ਖੱਜਲ ਕਰ ਰਹੇ ਕਿਸਾਨ ਨੂੰ, ਮਾਰ ਰਹੇ ਕਿਸਾਨ ਨੂੰ। ਸੋ ਇਹ ਬੰਦ ਕਰਨ, ਨਹੀਂ ਤਾਂ ਜਿਵੇਂ ਆਗੂਆਂ ਨੇ ਦੱਸਿਆ ਕਿ ਇਹ ਹੁਣ ਲੜਾਈ ਮਰਨ ਤੱਕ ਜਾਏਗੀ, ਇਹ ਉਹ ਨਹੀਂ ਪਿੱਛੇ ਹਟਾਂਗੀ। ਉਹ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਜਿਵੇਂ ਦੱਸਿਆ ਫੂਲ ਸਾਹਿਬ ਨੇ ਕਿ ਉਹਨਾਂ ਨੇ ਕਿਹਾ ਟਰਾਇਲ ਟੀਮਾਂ ਭੇਜਾਂਗੇ। ਸੋ ਇਹ ਲੱਗ ਰਿਹਾ ਕਿ ਇਹ ਮਸਲੇ ਨੂੰ ਠੰਡੇ ਬਸਤੇ 'ਚ ਪਾ ਕੇ ਲਟਕਾਇਆ ਜਾ ਰਿਹਾ, ਜਾਣ ਬੁੱਝ ਕੇ ਪੰਜਾਬ ਦੇ ਨਾਲ ਬਦਲਾਖੋਰੀ ਦੀ ਭਾਵਨਾ ਦੇ ਨਾਲ। ਸੋ ਕੋਈ ਗੱਲ ਨਹੀਂ, ਪੰਜਾਬ ਨਾ ਤਾਂ ਕਦੇ ਚੁੱਕਿਆ ਨਾ ਕਦੇ ਚੁੱਕਣਾ, ਅਸੀਂ ਲੜਾਂਗੇ ਮਰਨ ਤੱਕ ਲੜਾਂਗੇ, ਔਰ ਕਿਸਾਨ ਦਾ ਇੱਕ ਇੱਕ ਦਾਣਾ ਚੁਕਾ ਕੇ ਹਟਾਂਗੇ। ਔਰ ਦੂਸਰੀ ਗੱਲ, ਸਾਡੀ ਥੋੜ੍ਹੀ ਦੇਰ ਬਾਅਦ ਜਿਹੜੇ ਸਾਡੇ ਮਿਲਰਸ ਨੇ, ਐਸੋਸੀਏਸ਼ਨ ਹੈ, ਉਹਨਾਂ ਦੇ ਨਾਲ ਸਾਡੀ ਮੀਟਿੰਗ ਹੈ, ਉਹ ਵੀ ਇੱਥੇ ਹੀ ਹੋਏਗੀ। ਉਹਨਾਂ ਨੂੰ ਅਸੀਂ ਮਿਲਾਂਗੇ, ਪੁੱਛਾਂਗੇ ਕਿ ਉਹਨਾਂ ਦੀਆਂ ਕੀ ਪ੍ਰੋਬਲਮ ਨੇ, ਸਾਨੂੰ ਉਹ ਦੱਸਣ, ਤਾਂ ਕਿ ਅਸੀਂ ਸਰਕਾਰ ਵਾਲੇ ਉਹਦਾ ਵੀ ਰੇੜਕਾ ਜਿਹੜਾ ਹੈਗਾ ਕੱਢੀਏ, ਆਪਣਾ ਪ੍ਰੈਸ਼ਰ ਬਣਾ ਕੇ, ਤਾਂ ਕਿ ਸਾਡਾ ਇੱਕ ਇੱਕ ਦਾਣਾ ਚੁੱਕਿਆ ਜਾ ਸਕੇ। ਥੋੜ੍ਹੀ ਦੇਰ ਬਾਅਦ ਸਾਡੀ ਉਹ ਵੀ ਮੀਟਿੰਗ ਹੋਣ ਜਾ ਰਹੀ ਹੈ।
हरिगढ़ साहब एक मिनट बस एक बुला रहा है दो मिनट बस ये सवाल कर लो जिम्मे साढ़े सीनियर आगुओं ने तुहाडे नाल गल्लां सांझियां कीतियां बड़ा मसला झोने की खरीद में लैके जे असीं पिछले रिकॉर्ड चखीए तो 24 अक्टूबर अज असीं बैठे हाँ 24 अक्टूबर तक झोने के सीजन की समाप्ति होंदी है हफ्ता हफ्ता 10-10 दिन हो गए साढ़े किसान ये देख रहे भी मंडिया हालात खामे हो गए असीं झोना वढ़ीए झोना पक्या पिया है पक्का होया झोना जो बढ़ता है वो दाणा हुंदा है वो दाणा सुक जांदा दाणा टुटदा है जड़ी हुण जिहड़ी केंद्र सरकार कह रही है भी असीं ट्रैल वास्ते टीमां भेजांगे जिहड़ी साडी फसल खेतां दे विच खड़ी है वो लुट्टण दी साजिश है एक चाल है केंद्र सरकार की क्योंकि केंद्र सरकार साडे खेतीबाड़ी सैक्टर नूं कारपोरेट सैक्टर दे विच तब्दील करना चाहती है ये तयशुदा नीतियां केंद्र सरकार दियां इस करके आंसर की लोड़ है साडी एक पासे संघर्ष नूं लाउणा असीं संघर्ष कीते आ पंजाब दे किसानां ने हुण भी करांगे रल के करांगे सारियां जथेबंदियां इस मसले दे कट्ठियां भी होणगियां साडे दोए फोरम कट्ठे है असीं पंजाब दे लोकां तों सहयोग की मंग करते हैं जिहड़े हर रोज़ सड़कां ते बसां सफ़र करते हैं गड्डियां सफ़र करते हैं उन्हां तों असीं मैं इस गल की तुहाडे वादे राही आपकी माफ़ी भी चाहांगे ते सहयोग की इस करके मंग करांगे क्योंकि तुहाडे सारयां दे हित खेतीबाड़ी सैक्टर नाल जुड़े हुए है आंसर की लोड़ है साडी संघर्ष करनी पुत्तां वांग बड़ी फसल साडी मंडियां दे विच लुट्टी जा रही है वड्डी लुट्ट होगी तो खड़ी फसल होर लुट्टण की तैयारी की जा रही है इस करके भरावो तुहाडे माध्यम राही असीं साडे किसानां दा सहयोग की मांग करदे हां धन्नवाद। हाँ तुसीं एसोसीएशन पुछण डे सी दस दो किहड़ी किहड़ी एसोसीएशन देखो तरसेम सिंह सैनी ने पटियाले वाले उन्होंने साड़ी रात भी हुई है मीटिंग च भी गए थे दिल्लियों जिसले मीटिंग चो निकले आ उन्होंने कहा भी असं मिलना चाहते हैं तुहानू भी असी मिल के कोई गलबात करनी चाहते हैं सानू कोई साड़ी सपोर्ट की तुम आश्वासन दौ अगर कोई नहीं तुम आओ जियो आया सो थोड़ी देर पहला हूँ भी गल हुई है वह 3 बजे टाइम उन्होंने कहा भी असी कुछ पेपर केंद्र ने मंगे से उन्होंने तैयारी कर रहे 3 बजे तुहाडे को इत्थे किसान भवन ही आके मिलांगे सो सारी टीम ना ही बैठा ਹੋਰ ਕੋਈ ਸਵਾਲ ਹੈਗਾ ਥੈਂਕ ਯੂ ਹਾਂ ਬਾਰ ਬਾਰ ਇੱਕੋ ਸਵਾਲ ਉੱਠਦਾ ਆ ਰਿਹਾ ਇੱਥੇ ਤੁਸੀਂ ਹਮੇਸ਼ਾ ਹੀ ਆਪ ਲੋਕਾਂ ਨੂੰ ਪ੍ਰਸ਼ਨ ਕਰ ਰਹੇ ਕਿ ਉਹ ਕਿਰਨਾਂ ਦਾ ਕੀ ਕਰਾਉਂਦੇ ਕਰਦੇ ਕਿ ਉਹਨਾਂ ਨੂੰ ਮੈਂ ਮੇਰੇ ਖਿਆਲ ਪਹਿਲੋ ਬੋਲੀ ਬੋਲ ਆਇਆ ਦੱਸ ਚੁੱਕਾ ਵੀ ਲੀਡਰਾਂ ਦੇ ਘਰਾਓ ਚੱਲ ਰਹੇ ਆ ਰੋਜ਼ ਦਿਨ ਕਿਸਾਨ ਦਾ ਝੋਨਾ ਵਿਕ ਰਿਹਾ ਜਿੱਥੇ ਸਰਕਾਰ ਦਾ ਸਾਹ ਨਿਕਲਦਾ ਕਹਿੰਦਾ ਬੈਠੇ ਰਹੋ ਬੇਸ਼ੱਕ ਉਹਦੇ ਵੀ ਬਹੁਤ ਫਾਇਦੇ ਤੇ ਸਿਆਸੀ ਨੁਕਸਾਨ ਇਹਨਾਂ ਨੂੰ ਹੋਣੇ ਆ वक्ती तौर पर साडा झोना लुटिया जा रहा एक बेनती करा मसलन हैगा भी असी अज दे नहीं लुटे जा रहे मंडी च छोटी लुट तो एडे वे एक्शन तो आते नहीं कोई भी पंजाब का आड़ती जे फार्म नहीं दिता किसान देख लियो जाके सरकार का निजम कहता भी वह जे फार्म ना पैसे कट्टे पर सानू सैकड़ा 2% लगता भावें मंडी च लुट असी बाला नहीं बोले उत्ते एदों कहां सूदखोरी सिस्टम किमें लुट रहा सानू तुसी देखो साढ़े ना हो की रहा एक बने साड़ी फसल किसी ने ऐ नहीं हो रहा जेडे कहते दूजिया के मसले फसल साड़ी भाते नहीं विक रही भारत सरकार DAP का रेट तय कर रही आ असी खपतकार आ सानू चीज़ नहीं मिल रही सानू 1000 रुपया थैला महंगा मिल रहा साढ़े ना कुछ अगो 13वीं किदा हुंदी आ उदों बाद कहिंदे नैनो यूरिया भी लैके जाओ ਉਹ ਤੋਂ ਬਾਅਦ ਕਹਿੰਦੇ ਸਲਫਰ ਵੀ ਲੈ ਕੇ ਜਾਓ ਇੱਕ ਬਨੇ ਫਸਲ ਦਾ ਭਾਅ ਨਾ ਦੇਣਾ ਔਰ ਦੂਜੀ ਜਿਹੜੀ ਸਰਕਾਰ ਦੇ ਨਿਜ਼ਮ ਤੈਅ ਨੇ ਬੋਰੀ ਵੀ ਇੰਨੇ 'ਚ ਵਿਕਣੀ ਉਹ ਨਹੀਂ ਸਾਨੂੰ ਬਾਜ਼ਾਰ 'ਚ ਮਿਲ ਰਹੀ ਸਰਕਾਰ ਦਾ ਕਿਉਂਕਿ ਇਹ ਕਾਰਪੋਰੇਟ ਕੰਪਨੀਆਂ ਨੇ ਅਸੀਂ ਤਾਂ ਸਰਕਾਰ ਦਾ ਫਾਇਦਾ ਕਰ ਰਹੇ ਨਾ ਸਾਡੇ ਨਾਲ ਜੱਗੋਂ ਤੇਰ ਵੀ ਹੋ ਰਹੀ ਆ ਜੇ ਕਿਤੇ ਲੋਕਾਂ ਨਾਲ ਵਿਆਹੂ ਤਾਂ ਅਸੀਂ ਲੋਕਾਂ ਨਾਲ ਖੜਾਂਗੇ ਅਸੀਂ ਕਹਿਣਾ ਚਾਹੁੰਦੇ ਜੇ ਕਾਰਪੋਰੇਟ ਅੱਜ ਸਾਨੂੰ ਖਾ ਗਿਆ ਨਾ ਉਹਨੇ ਲਘੂ ਉਦਯੋਗ ਛੱਡਣਾ ਨਾ ਛੋਟੀ ਦੁਕਾਨਦਾਰੀ ਛੱਡਣੀ ਆ ना कुछ छड़ना सानू पंजाब दी लड़ाई रल के लड़नी चाहिए है और एहो जी हालत में साढ़े कोई बदल नहीं है धन्यवाद। हाँ दो गल फगवाड़ा जिहड़ा शुगर मिल चौक है उत्थे भारतीय किसान यूनियन दुआबा ने शुरू किया किसान मजदूर संघर्ष कमेटी ने शुरू किया
हूँ सारे दोवें फॉर्म आ गई। और एक धरना सीगा परागपुर मैकडॉनल के अगे बलबीर सिंह राजेवाल की जथेबंदी का, एक धरना सी तनवाली जगजीत सिंह डल्लेवाल जी जथेबंदी का। जिहड़ी परागपुर जथेबंदी बैठी सी ये वीडियो उत्थे दी है, ये मर साडे गल दित्ती गई है मैकडॉनल के अगे, क्योंकि बलबीर सिंह राजेवाल जी की जथेबंदी दे ओ सीगे। पर मैं फिर भी कहांगा ते जे भी किसी किसान ने फड़ी है मैं कोई हक नहीं सानू, असी जद कह दिता कि असी मैडिकल जिहड़ियां सेवावां बंद नहीं करनियां, एमरजेंसी सेवावां चलण देनियां, स्कूल बसें जाणगियां, ते फिर जे कोई पेशेंट किसी गड्डी च भी आउंदा अपनी प्राइवेट दे विच वह कह रहा कि मैं बीमार हाँ तो उन्होंने नहीं रोकया जाऊगा। जे कोई साडा नौजवान रोकता उन्होंने असं बिल्कुल शैटर नहीं करांगे, गलत है तो वो आप जी पासों माफी भी चाहते। अच्छा एक गल रह गई, तुसीं याद कराता साढ़े को भी असी सारे जिथे भी मोर्चे चलणगे उत्थे एक किसान लीडर सारे नूं कहांगे जिथे सुन रहे साडी आवाज़ गुलावे एक रो एक जगह इहो जी रखी जाए भी जिथे एमरजेंसी सेवावां ते रोक ना लाई जाए। ये असी फैसला किया रह गया भी जिथे एक एक जगह इहो जी बनाई जाए कोई एमरजेंसी सेवा वा उहनूं मरीज नूं नहीं रोकना सी, ये पहले दिन तो साडा फैसला हुंदा। कोई विआह शादी वाला लाड़ा आ गया असी उह भी नगा दिंदे हुंदे भी चल गुरु महाराज दा पर आ गया ए नौकरी पेशा वाली गल सारे सारे बारे विचार कर लिया भी उन्हूं बहाल रखांगे ओहदे बारे असीं प्रबंध करांगे उत्थे किवें कढ़ना उन्हां नूं कढ़ना किवें होऊगा।